ਸਭ ਤੋਂ ਪਹਿਲਾਂ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਮਿੱਤਜਿੰਦਲ UGC NTA, NET NT Master Card Punjabi ATC ਟੈੱਟ ਲੈਵਲ 2 ਲੈਵਲ 3 ਤੇ ਪੰਜਾਬੀ ਸਕ੍ਰੀਨਿੰਗ ਇਮਤਿਹਾਨਾਂ ਦੀ ਤਿਆਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ Master Card ਦੇ ਨਾਲ ਸੰਬੰਧਿਤ ਮੌਕ ਟੈਸਟ ਸੀਰੀਜ਼ ਚੱਲ ਰਹੀ ਹੈ ਇਹ Master Card ਦੇ ਨਾਲ ਨਾਲ ਜੋ ਵੀ ਪੰਜਾਬੀ ਸਕ੍ਰੀਨਿੰਗ ਦਾ ਇਮਤਿਹਾਨ ਹੁੰਦਾ ਉਹਨਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਮੌਕ ਟੈਸਟ ਨੇ ਸਾਰੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਪਿਆਰੇ ਵਿਦਿਆਰਥੀਓ ਅੱਜ ਦੇ ਇਸ 53ਵੇਂ ਮੌਕ ਟੈਸਟ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਜਿਹਦੇ ਵਿੱਚ ਇਹ ਹੋ ਸਕਦਾ ਹੈ ਕਿ ਇਹ ਮੌਕ ਟੈਸਟ ਹੈ ਜਿਹਦਾ ਲੈਵਲ ਥੋੜਾ ਜਿਹਾ ਟਫ ਹੋ ਸਕਦਾ ਹੈ ਤਾਂ ਧਿਆਨ ਦੇ ਨਾਲ ਪ੍ਰਸ਼ਨ ਸੁਣਨੇ ਨੇ ਤੇ ਸਮਝਨੇ ਨੇ ਇਹ ਪਹਿਲਾ ਪ੍ਰਸ਼ਨ ਹੈ ਜੀ ਨਾਟਕ ਅਤੇ ਇਕਾਂਗੀ ਨੂੰ ਕਿਸ ਕਾਵ ਦੇ ਅਧੀਨ ਰੱਖਿਆ ਜਾ ਸਕਦਾ ਹੈ ਦ੍ਰਿਸ਼ ਕਾਵ ਸ਼ਰਵ ਕਾਵ ਉਪਰੋਕਤ ਵਿੱਚੋਂ ਕੋਈ ਨਹੀਂ ਜਾਂ ਸਫਰਨਾਮਾ ਅਧੀਨ ਨਾਟਕ ਅਤੇ ਇਕਾਂਗੀ ਨੂੰ ਕਿਸ ਕਾਵ ਦੇ ਅਧੀਨ ਰੱਖਿਆ ਜਾ ਸਕਦਾ ਹੈ ਸਹੀ ਉੱਤਰ ਹੈ ਜੀ ਊੜਾ ਦ੍ਰਿਸ਼ਕ ਕਾਵ ਜਿਸ ਨੂੰ ਦੇਖਿਆ ਜਾ ਸਕੇ ਕਿਉਂਕਿ ਨਾਟਕ ਅਤੇ ਇਕਾਂਗੀ ਆ ਜੋ ਇਹਦੀ ਸਟੇਜ ਦੇ ਉੱਪਰ ਜਾਂ ਰੰਗਮંચ ਦੇ ਉੱਪਰ ਪੇਸ਼ਕਾਰੀ ਹੁੰਦੀ ਹੈ ਇਸ ਕਰਕੇ ਇਸ ਨੂੰ ਦ੍ਰਿਸ਼ਕ ਕਾਵ ਦੇ ਅਧੀਨ ਰੱਖਿਆ ਜਾਂਦਾ ਹੈ ਦੂਜਾ ਪ੍ਰਸ਼ਨ ਹੈ ਜੀ ਇਹ ਹੇਠ ਲਿਖਿਆਂ ਵਿੱਚੋਂ ਆਧੁਨਿਕ ਕਵੀ ਨਹੀਂ ਹੈ ਭਾਈ ਵੀਰ ਸਿੰਘ ਭਾਈ ਗੁਰਦਾਸ surjit patar professor mohan singh ਤਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਫੇਰ ਕਹਿ ਰਿਹਾ ਕਿ ਪ੍ਰਸ਼ਨ ਧਿਆਨ ਦੇ ਨਾਲ ਪੜ੍ਹਨਾ ਹੈ ਕਈ ਵਾਰੀ ਸੌਖੇ ਤੋਂ ਸੌਖੇ ਪ੍ਰਸ਼ਨ ਵੀ ਗਲਤੀ ਨਾਲ ਕਾਲੀ ਦੇ ਵਿੱਚ ਗਲਤ ਹੋ ਜਾਂਦੇ ਨੇ ਤਾਂ ਪ੍ਰਸ਼ਨ ਨੂੰ ਪੜ੍ਹਨ ਵੇਲੇ ਕਾਲੀ ਨਹੀਂ ਕਰਨੀ ਆਧੁਨਿਕ ਕਵੀ ਨਹੀਂ ਹੈ ਸਹੀ ਉੱਤਰ ਹੈ ਜੀ ਆੜਾ ਭਾਈ ਗੁਰਦਾਸ ਜੀ ਆਧੁਨਿਕ ਕਵੀ ਨਹੀਂ ਹੈਗੇ ਇਹ ਬਾਕੀ ਸਾਰੇ ਨੇ ਜੋ ਆਧੁਨਿਕ ਕਵੀ ਨੇ ਤੀਜਾ ਪ੍ਰਸ਼ਨ ਹੈ ਜੇ ਅੱਗੇ ਹੇਠ ਲਿਖਿਆਂ ਵਿੱਚੋਂ ਕਿਸਨੂੰ ਭਾਰਤ ਦੇ ਵਿਦਵਾਨਾਂ ਨੇ ਪੰਜਵਾਂ ਵੇਦ ਆਖਿਆ ਹੈ ਕਵਿਤਾ ਨੂੰ ਕਹਾਣੀ ਨੂੰ ਸਵੈ ਜੀਵਨੀ ਨੂੰ ਜਾਂ ਨਾਟਕ ਨੂੰ ਕਿਸ ਨੂੰ ਭਾਰਤ ਦੇ ਵਿਦਵਾਨਾਂ ਨੇ ਪੰਜਵਾਂ ਵੇਦ ਆਖਿਆ ਸਹੀ ਉੱਤਰ ਹੈ ਜੀ ਇਹਦਾ ਸ ਇਹ ਆਖਿਆ ਜੀ ਨਾਟਕ ਨੂੰ ਚੌਥਾ ਪ੍ਰਸ਼ਨ ਹੈ ਜੇ ਅਗੇ ਪੰਜਾਬੀ ਸਾਹਿਤ ਕੋਸ਼ ਅਨੁਸਾਰ ਡਰਾਮਾ ਕਿਸ ਭਾਸ਼ਾ ਤੋਂ ਆਇਆ ਸ਼ਬਦ ਹੈ ਇਸ ਨਾਲ ਸੰਬੰਧਿਤ ਵੀ ਇੱਕ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਸਾਹਿਤ ਪੰਜਾਬੀ ਸਹਿਤ ਕੋਸ਼ ਅਨੁਸਾਰ ਦੱਸਣਾ ਜੀ ਡਰਾਮਾ ਕਿਸ ਭਾਸ਼ਾ ਤੋਂ ਆਇਆ ਸ਼ਬਦ ਹੈ ਅਰਬੀ ইরਾਨੀ ਫਾਰਸੀ ਜਾਂ ਯੂਨਾਨੀ ਸਹੀ ਉੱਤਰ ਹੈ ਜੀ ਦਾ ਸ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਡਰਾਮਾ ਪੰਜਵਾਂ ਪ੍ਰਸ਼ਨ ਹੈ ਜੀ ਅਗੇ ਨਾਟਕੀ ਕਥਾ ਨੂੰ ਗਤੀ ਪ੍ਰਦਾਨ ਕਰਨ ਲਈ ਇੱਕ ਘਟਨਾ ਦੂਜੀ ਘਟਨਾ ਨੂੰ ਕਿਵੇਂ ਜਨਮ ਦਿੰਦੀ ਹੈ ਇਸ ਪ੍ਰਕਿਰਿਆ ਨੂੰ ਅਰਥ ਪ੍ਰਕਿਰਤੀ ਕਿਹਾ ਜਾਂਦਾ ਹੈ ਤਾ ਇਹਨਾਂ ਦੀ ਗਿਣਤੀ ਦੱਸਣੀ ਆ ਜੀ ਅਰਥ ਪ੍ਰਕਿਰਤੀਆਂ ਨੇ ਜੋ ਇਹਨਾਂ ਦੀ ਗਿਣਤੀ ਕਿੰਨੀ ਹੈ 3 4 5 ਜਾਂ 10 ਜਦੋਂ ਨਾਟਕੀ ਕਥਾ ਨੂੰ ਗਤੀ ਪ੍ਰਦਾਨ ਕਰਨ ਦੇ ਲਈ ਇੱਕ ਘਟਨਾ ਦੂਜੀ ਘਟਨਾ ਨੂੰ ਜਨਮ ਦਿੰਦੀ ਆ ਤਾਂ ਉਸ ਨੂੰ ਅਰਥ ਪ੍ਰਕਿਰਤੀ ਕਿਹਾ ਜਾਂਦਾ ਹੈ ਇਹਨਾਂ ਦੀ ਗਿਣਤੀ ਦੱਸਣੀ ਆ ਜੀ ਸਹੀ ਉੱਤਰ ਹੈ ਜੀ ਦਾ ਈਡੀ ਇਹ ਨੇ ਜੀ ਪੰਜ ਅਰਥ ਪ੍ਰਕਿਰਤੀਆਂ ਨੇ ਤਾਂ ਉਹ ਦੱਸ ਦਿੰਨੇ ਆ ਤੁਹਾਨੂੰ ਕਿ ਪੰਜ ਅਰਥ ਪ੍ਰਕਿਰਤੀਆਂ ਕਿਹੜੀਆਂ ਨੇ ਪਹਿਲੀ ਹੈਗੀ ਹੈ ਬੀਜ ਦੂਜੀ ਹੈ ਬਿੰਦੂ ਤੀਜੀ ਅਰਥ ਪ੍ਰਕਿਰਤੀ ਹੈ ਪਤਾਕਾ ਚੌਥੀ ਹੈ ਪ੍ਰਕਰੀ ਪੰਜਵੀਂ ਹੈ ਕਾਰਿਆ ਤਾਂ ਕਈ ਵਾਰ ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਕਿ ਇਹ ਕੀ ਨੇ ਇਹ ਨੇ ਅਰਥ ਪ੍ਰਕਿਰਤੀਆਂ ਨੇ ਇਹਨਾਂ ਦੀ ਗਿਣਤੀ ਹੈ ਜੀ ਪੰਜ ਛੇਵਾਂ ਪ੍ਰਸ਼ਨ ਹੈ ਜੇਕਰ ਯੂਨਾਨੀ ਨਾਟਕਾਂ ਵਿੱਚ ਕਿਸ ਉੱਪਰ ਖਾਸ ਜ਼ੋਰ ਦਿੱਤਾ ਜਾਂਦਾ ਹੈ ਪਾਤਰ ਤੇ ਪਤਰੂਸਾਰੀ ਉੱਪਰ ਵਾਰਤਾਲਾਪ ਤੇ ਸੰਵਾਦ ਉੱਪਰ ਸਮਾਸਥਾਨ ਤੇ ਕਾਰਜ ਦੀ ਏਕਤਾ ਉੱਪਰ ਜਾਓ ਪ੍ਰੋਕਤ ਵਿੱਚੋਂ ਕੋਈ ਨਹੀਂ ਸਹੀ ਉੱਤਰ ਹੈ ਜਿਹੜਾ ਈਡੀ ਤਾਂ ਪਿਆਰੇ ਵਿਦਿਆਰਥੀ ਇਸ ਨੂੰ ਸਿਰਫ ਇਹਦੇ ਅਕੋਰਡਿੰਗ ਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜਿਆਦਾ ਬਾਲੀ ਜਿਆਦਾ ਡੂੰਘਾਈ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਤਾਂ ਜੋ ਯੁਨਾਨੀ ਨਾਟਕ ਨੇ ਉਹਦੇ ਉੱਪਰ ਤਿੰਨ ਚੀਜ਼ਾਂ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਜੋ ਸਮੇਂ ਦੀ ਇਕਤਾ ਸਥਾਨ ਦੀ ਇਕਤਾ ਤੇ ਕਾਰਜ ਦੀ ਇਕਤਾ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਅੱਗੇ ਜੀ 7ਵਾਂ ਪ੍ਰਸ਼ਨ ਹੈ ਜੀ ਊਟ ਪਟਾਂਗ ਵਿਸ਼ਿਆਂ ਸੰਬੰਧੀ ਲਿਖੇ ਜਾਂਦੇ ਨਾਟਕਾਂ ਨੂੰ ਕਿਹਾ ਜਾਂਦਾ ਹੈ ਪੁਰਾਣਿਕ ਨਾਟਕ ਇਤਿਹਾਸਿਕ ਨਾਟਕ ਰਾਜਨੀਤਿਕ ਨਾਟਕ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਇਹ ਸਹੀ ਕਰ ਲਿਓ ਸਪੈਲਿੰਗ ਗਲਤ ਪੈ ਗਈ ਜੀ ਉਪਰੋਕਤ ਕਰ ਲਿਓ ਇਹ ਹਾਂਜੀ ਊਟ ਪਟਾਂਗ ਵਿਸ਼ਿਆਂ ਸੰਬੰਧੀ ਜੋ ਨਾਟਕ ਲਿਖੇ ਜਾਂਦੇ ਨੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਸੱਸਾ ਜੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਫਿਰ ਹੋਰ ਉਹਨਾਂ ਨੂੰ ਕੀ ਕਿਹਾ ਜਾਂਦਾ ਉਹਨਾਂ ਨੂੰ ਕਹਿੰਦੇ ਨੇ ਜੀ ਐਬਸਰਡ ਜੋ ਐਬਸਰਡਵਾਦੀ ਨਾਟਕ 8ਵਾਂ ਪ੍ਰਸ਼ਨ ਹੈ ਜੇ ਅੱਗੇ ਪੰਜਾਬੀ ਦਾ ਨਾਟਕ ਸਾਹਿਤ ਕਿਸ ਦੇ ਅਸਰ ਹੇਠ ਉਦਾਹਰ ਹੋਇਆ? ਜਾਪਾਨੀ ਨਾਟਕ ਕਲਾ, ਪੱਛਮੀ ਨਾਟਕ ਕਲਾ, ਅਰਬੀ ਨਾਟਕ ਕਲਾ ਜਾਂ ਈਰਾਨੀ ਨਾਟਕ ਕਲਾ? ਈਰਾਨੀ ਹੈ ਜੀ ਇਹ ਨੰਬਰ 4 ਦੇ ਉੱਪਰ ਸਹੀ ਉੱਤਰ ਹੈ ਜੀ ਦਾ ਆੜਾ ਪੱਛਮੀ ਨਾਟਕ ਕਲਾ ਦੇ ਅਧੀਨ ਉਦੇ ਹੋਇਆ ਸੀ ਨੌਵਾਂ ਪ੍ਰਸ਼ਨ ਜਗੇ ਹਰਚਰਨ ਸਿੰਘ ਬਲਵੰਤ ਗਾਰਗੀ ਚਰਨਦਾਸ ਸਿੱਧੂ ਹਨ ਕਵੀ ਆਲੋਚਕ ਨਾਟਕਕਾਰ ਅਨੁਵਾਦਕ ਤਾਂ ਪਿਆਰੇ ਵਿਦਿਆਰਥੀ ਜੇਕਰ ਇਸ ਤਰ੍ਹਾਂ ਦਾ ਪ੍ਰਸ਼ਨ ਆਂਦਾ ਤਾਂ ਇਹਨਾਂ ਨੂੰ ਦੇਖਣਾ ਹੁੰਦਾ ਕਿ ਇਹਨਾਂ ਦੀ ਜ਼ਿਆਦਾ ਪ੍ਰਸਿੱਧੀ ਕਿਸ ਕਾਰਨ ਕਰਕੇ ਹੋਈ ਹੈ ਸਹੀ ਉੱਤਰ ਹੈ ਜੀ ਦਾ ਇਹ ਇਹਨਾਂ ਦੀ ਜ਼ਿਆਦਾ ਪ੍ਰਸਿੱਧੀ ਹੈ ਜੋ ਕਿ ਨਾਟਕਕਾਰ ਦੇ ਤੌਰ ਤੇ ਹੋਈ ਹੈ 10ਵਾਂ ਪ੍ਰਸ਼ਨ ਜਗੇ ਇਕਾਂਗੀ ਦਾ ਜਨਮ ਜਾਂ ਇਕਾਂਗੀ ਨਾਟਕ ਦਾ ਜਨਮ ਕਿਸ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ 18ਵੀਂ ਸਦੀ ਦੇ ਮੱਧ ਵਿੱਚ 19ਵੀਂ ਸਦੀ ਦੇ ਅੰਤਿਮ ਦਹਾਕੇ ਵਿੱਚ 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਜਾਂ 19ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਇਕਾਂਗੀ ਨਾਟਕ ਦਾ ਜਨਮ ਮੰਨਿਆ ਜਾਂਦਾ ਜੀ ਆੜਾ 19ਵੀਂ ਸਦੀ ਦੇ ਅੰਤਿਮ ਦਹਾਕੇ ਦੇ ਵਿੱਚ ਮੰਨਿਆ ਜਾਂਦਾ ਅੱਗੇ ਆ ਜੀ 11ਵਾਂ ਪ੍ਰਸ਼ਨ ਇਕਾਂਗੀ ਦੀ ਸਫਲਤਾ ਮਾਪੀ ਜਾ ਸਕਦੀ ਹੈ ਲਿਖਣ ਨਾਲ ਵੜਨ ਨਾਲ ਰੰਗਮੰਚ ਉੱਤੇ ਪੇਸ਼ਕਾਰੀ ਨਾਲ ਜੋ ਉਪਰੋਕਤ ਸਾਰਿਆਂ ਨਾਲ ਸਹੀ ਉੱਤਰ ਹੈ ਜੀ ਈਡੀ ਰੰਗਮੰਚ ਉੱਤੇ ਪੇਸ਼ਕਾਰੀ ਦੇ ਨਾਲ ਭਾਵ ਸਟੇਜ ਦੇ ਉੱਪਰ ਪੇਸ਼ਕਾਰੀ ਕਰਕੇ ਇਹਦੀ ਆਪਾਂ ਸਫਲਤਾ মাপ ਸਕਦੇ ਹਾਂ ਕਿ ਕਿੰਨੀ ਕੁ ਸਫਲੀ ਕਾਂਗੀ ਹੈ ਇਹ 12ਵਾਂ ਪ੍ਰਸ਼ਨ ਹੈ ਜਗੇ ਆਰੰਭਿਕ ਇਕਾਂਗੀਆਂ ਹਨ ਪਰ ਤਾਂ ਉਹਨਾਂ ਤੱਕ ਬੰਬ ਕੇ ਇਸ ਪਲੇਟਫਾਰਮ ਬੇਬੇ ਰਾਮ ਭਜਨੀ ਚੋਰ ਕੋਨ ਜਾਂ ਦੁਲਹਨ ਸਿਰਜਣਾ ਕੱਚ ਦੇ ਗਜਰੇ ਪਛਤਾਵਾ ਰੰਗ ਤਮਾਸ਼ੇ ਜੋਤ ਤੋਂ ਜੋਤ ਜਗੇ ਗਊ ਮੁਖਾ ਸ਼ੇਰ ਮੁਖਾ ਰੰਬੀ ਕੀ ਕੰਕੇ ਗੜੀਆਂ ਨੇ ਜਦੋਂ ਇਕਾਂਗੀਆਂ ਲਿਖਨੀਆਂ ਸ਼ੁਰੂਆਤ ਹੋਈਆਂ ਸੀ ਤਾਂ ਸ਼ੁਰੂਆਤ ਦੇ ਵਿੱਚ ਇਨ੍ਹਾਂ ਚੋਂ ਕਿਹੜੀ ਕਿਸ ਇਕਾਂਗੀਆਂ ਸੀ ਲਿਖੀਆਂ ਗਈਆਂ ਸੀ ਸਹੀ ਉੱਤਰ ਹੈ ਜਿਦਾ ਆੜਾ ਬੇਬੇ ਰਾਮ ਭਜਨੀ ਚੋਰ ਕੋਨ ਤੇ ਦੁਲਹਨ ਇਕਾਂਗੀਆਂ ਨੇ ਇਕਾਂਗੀਆਂ ਨੇ ਜੀ ਇਹ ਆਈ ਸੀ ਨੰਦਾ ਜੀ ਦੀਆਂ ਇਕਾਂਗੀਆਂ ਨੇ ਅੱਗੇ ਆਜੀ 13ਵਾਂ ਪ੍ਰਸ਼ਨ ਹੈ ਜੀ ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਨਾਨਕ ਸਿੰਘ ਭਾਈ ਵੀਰ ਸਿੰਘ ਹਰਸ਼ਰਨ ਸਿੰਘ ਚਰਨ ਦਾਸ ਸਿੱਧੂ ਤਾਂ ਬਹੁਤ ਵਾਰੀ ਆ ਚੁੱਕਿਆ ਜੀ ਪ੍ਰਸ਼ਨ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਜੀ ਨੂੰ ਮੰਨਿਆ ਜਾਂਦਾ ਹੈ 14ਵਾਂ ਪ੍ਰਸ਼ਨ ਹੈ ਜੀ ਮੜੀ ਦਾ ਦੀਵਾ ਨਾਵਲ ਕਿਸ ਦੀ ਰਚਨਾ ਹੈ ਨਰਿੰਦਰਪਾਲ ਸਿੰਘ ਜਸਵੰਤ ਸਿੰਘ ਕਵਲ ਸੁਰੇਂਦਰ ਸਿੰਘ ਨਰੂਲਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਇਹ ਵੀ ਬਹੁਤ ਪ੍ਰਸਿੱਧ ਹੋਇਆ ਨਾਟਕ ਮੜੀ ਦਾ ਦੀਵਾ ਸਹੀ ਉੱਤਰ ਹੈ ਜੀ ਦਾ ਸਸਾ ਉਪਰੋਕਤ ਵਿੱਚੋਂ ਕੋਈ ਨਹੀਂ ਕਿਉਂਕਿ ਇਹ ਦੇ ਨਾਟਕਕਾਰ ਨਾਵਲਕਾਰ ਦਾ ਨਾਮ ਹੈ ਜੀ ਗੁਰਦਿਆਲ ਸਿੰਘ ਦਾ ਨਾਵਲ ਹੈ ਇਹ ਮੜੀ ਦਾ ਦੀਵਾ ਸਹੀ ਉੱਤਰ ਸਸਾ ਉਪਰੋਕਤ ਵਿੱਚੋਂ ਕੋਈ ਨਹੀਂ 15ਵਾਂ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਸਾਹਿਤ ਰੂਪ ਨੂੰ ਘੋੜ ਦੌੜ ਵਾਂਗ ਮੰਨਿਆ ਜਾਂਦਾ ਹੈ ਵਾਰਾਂ ਨੂੰ ਨਾਟਕ ਨੂੰ ਨਾਵਲ ਨੂੰ ਜਾਂ ਕਹਾਣੀ ਕਿਸੇ ਸਾਹਿਤ ਰੂਪ ਨੂੰ ਘੋੜ ਦੌੜ ਵਾਂਗ ਮੰਨਿਆ ਜਾਂਦਾ ਹੈ ਸਹੀ ਉੱਤਰ ਹੈ ਜੀ ਇਹਦਾ ਇਹ ਮੰਨਿਆ ਜਾਂਦਾ ਜੀ ਕਹਾਣੀ ਨੂੰ ਕਿ ਕਹਾਣੀ ਆ ਜੋ ਇੱਕ ਘੋੜ ਦੌੜ ਵਾਂਗ ਹੋਣੀ ਚਾਹੀਦੀ ਹੈ 16ਵਾਂ ਪ੍ਰਸ਼ਨ ਹੈ ਜੇ ਕਿ ਪੰਜਾਬੀ ਕਹਾਣੀ ਨੂੰ ਉન્નਤ ਕਰਨ ਵਿੱਚ ਕਿਸ ਨੇ ਆਪਣਾ ਆਪਣਾ ਹਿੱਸਾ ਪਾਇਆ ਹੈ ਅਜੀਤ ਕੋਰ, ਸੁਰਜੀਤ ਪਾਤਰ, ਚਰਨਦਾਸ ਸਿੱਧੂ, ਉਪਰੋਕਤ ਸਾਰੇ ਤਾਂ ਹੁਣ ਦੇਖਣਾ ਜੀ ਜਿਵੇਂ ਸੁਰਜੀਤ ਪਾਤਰ ਦੀ ਪ੍ਰਸਿੱਧੀ ਹੈ ਜੋ ਇੱਕ ਗਜਲਗੋਦੇ ਦੇ ਰੂਪ ਦੇ ਵਿੱਚ ਹੋਈ ਹੈ ਚਰਨ ਦਾਸ ਸਿੱਧੂ ਦੀ ਜਾਦੇ ਪ੍ਰਸਿੱਧੀ ਇੱਕ ਨਾਟਕਕਾਰ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਪੰਜਾਬੀ ਕਹਾਣੀ ਹੈ ਸਹੀ ਉਤਰ ਜੇ ਦਾ ਊੜਾ ਅਜੀਤ ਕੌਰ ਅਜੀਤ ਕੌਰ ਨੇ ਇਹਨਾਂ ਦੇ ਵਿੱਚੋਂ ਆਪਣਾ ਯੋਗਦਾਨ ਪਾਇਆ ਤੇ ਹੋਰ ਵੀ ਬਹੁਤ ਸਾਰੀਆਂ ਕਵਿਤਰੀਆਂ ਕਹਾਣੀਕਾਰਾਂ ਨੇ ਜਾਂ ਕਹਾਣੀਕਾਰ ਨੇ ਪਰ ਇਹਨਾਂ ਦੇ ਵਿੱਚੋਂ ਕਿਹੜੇ ਨੇ ਉਹਨਾਂ ਦੇ ਵਿੱਚੋਂ ਨੇ ਜੀ ਅਜੀਤ ਕੌਰ 17ਵਾਂ ਪ੍ਰਸ਼ਨ ਹੈ ਜਿਗੇ ਪ੍ਰਧਿਆਲ ਸਿੰਘ ਨੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਜੀਵਨੀ ਕਿਸ ਨਾਮ ਅਧੀਨ ਛਾਪੀ ਸੀ ਡਾਕਟਰ ਕਾਲੇ ਪਾਣੀ ਡਾਕਟਰ ਦੀਵਾਨ ਸਿੰਘ ਡਾਕਟਰ ਸਾਹਿਬ ਜਾਂ ਸੁਨਹਿਰੀ ਦਿਲ ਇਹ ਜੋ ਨਾਮ ਅਧੀਨ ਛਾਪੀ ਸੀ ਉਹ ਹੈ ਜੀ ਸ ਸੁਨਹਿਰੀ ਦਿਲ 18ਵਾਂ ਪ੍ਰਸ਼ਨ ਹੈ ਜਗੇ ਰਸ ਦੇ ਕਿੰਨੇ ਸਥਾਈ ਭਾਵ ਹਨ 3 6 9 ਜਾਂ 90 ਰਸਨੇ ਜੀ ਇਹਨਾਂ ਦੇ ਨੌ ਸਥਾਈ ਭਾਵ ਨੇ ਨੌ ਰਸ ਨੇ ਨੌ ਸਥਾਈ ਭਾਵ ਨੇ ਰਸਾਂ ਦੇ ਨਾਲ ਸੰਬੰਧਿਤ ਕੰਪਲੀਟ ਵੀਡੀਓ ਨੌ ਦੇ ਨੌ ਰਸ ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕਿਆ ਹਾਂ ਵੀਡੀਓ ਨੂੰ ਜਰੂਰ ਮਾਸਟਰ ਕਟਰ ਦਾ ਜਿਹੜਾ ਵੀ ਆਪਾਂ ਸਿਲੇਬਸ ਕਰ ਰਹੇ ਹਾਂ ਸਾਰਾ ਇਸ YouTube ਚੈਨਲ ਦੇ ਉੱਪਰ ਪਹਿਲਾਂ ਤੋਂ ਹੀ ਡਿਟੇਲ ਦੇ ਵਿੱਚ ਕਰਵਾਇਆ ਜਾ ਚੁੱਕਿਆ ਹੈ 19ਵਾਂ ਪ੍ਰਸ਼ਨ ਜੀ ਜਿਉਂਦਾ ਪੰਜਾਬ ਕਿਸ ਦੀ ਪੁਸਤਕ ਦਾ ਨਾਮ ਹੈ ਨੂਰਪੁਰ ਨੰਦ ਲਾਲ ਨੂਰਪੁਰੀ ਮਸ ਜਗਾ ਘਟਕਸੀ ਸੰਖੇਪ ਦੇ ਵਿੱਚ ਨਾਮ ਲਿਖਤੇ ਨੰਦ ਲਾਲ ਨੂਰਪੁਰੀ ਸੋਹਣ ਸਿੰਘ ਮਿਸ਼ਾ ਸ਼ਿਵ ਕੁਮਾਰ ਬਟਾਲਵੀ ਜਾਂ ਧਨੀ ਰਾਮ ਚਾਤਰੀਕ ਜਿਉਂਦਾ ਪੰਜਾਬ ਕਿਸ ਦੀ ਪੁਸਤਕ ਦਾ ਨਾਮ ਹੈ ਸਹੀ ਉੱਤਰ ਹੈ ਜਿਹਦਾ ਊੜਾ ਇਹ ਨੰਦ ਲਾਲ ਨੂਰਪੁਰੀ ਦੀ ਪੁਸਤਕ ਦਾ ਨਾਮ ਹੈ ਬਿੰਮਾ ਤੇ ਖੇਰਲਾ ਪ੍ਰਸ਼ਨ ਹੈ ਜੀ ਗੁਰਮੁਖੀ ਲਿਪੀ ਵਿੱਚ ਸਵਰਵਾਹਕ ਹਨ ਆੜਾ ਸਸਾ ਈੜੀ ਯਈਆ ਰਾਰਾ ਵਾਵਾ ਆੜਾ ਈੜੀ ਊੜਾ ਜਹਾ ਹਹਾ ਰਾਰਾ ਵਾਵਾ ਸਵਰਵਾਹਕ ਸਹੀ ਉੱਤਰ ਹੈ ਜਿਹਦਾ ਈੜੀ ਆੜਾ ਈੜੀ ਊੜਾ ਜਿਵੇਂ ਕਹ ਲੋ ਊੜਾ ਆੜਾ ਈੜੀ ਥੋੜਾ ਜਿਹਾ ਉਲਝਾਨ ਦੀ ਕੋਸ਼ਿਸ਼ ਕੀਤੀ ਗਈ ਸੀ ਮੈਨੂੰ ਉਮੀਦ ਹੈ ਕਿ ਤੁਸੀਂ ਉਲਝੇ ਨਹੀਂ ਹੋਗੇ ਇਹਦੇ ਵਿੱਚ ਕਿਉਂਕਿ ਇਸ ਤਰ੍ਹਾਂ ਹੀ ਹਿਰਫੇਰ ਕੀਤਾ ਜਾਂਦਾ ਇਹਨਾਂ ਦੇ ਵਿੱਚ ਚੀਜ਼ਾਂ ਉਹੀ ਨੇ ਥੋੜਾ ਜਿਹਾ ਪ੍ਰਸ਼ਨ ਨੂੰ ਹਿਰਫੇਰ ਕਰਕੇ ਪਾਇਆ ਜਾਂਦਾ ਤਾਂ ਉਲਝਣ ਦੀ ਬਿਲਕੁਲ ਨਹੀਂ ਜੇਕਰ ਤੁਹਾਡੀ ਵਧੀਆ ਤਿਆਰੀ ਹੈ ਤਾਂ ਤੁਹਾਨੂੰ ਉਲਝਣ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ ਸਹੀ ਉਤਰ ਹੈ ਜੀ ਦਾ ਈੜੀ ਊੜਾ ਆੜਾ ਈੜੀ ਇਹਨਾਂ ਦੇ ਸਵਰਵਾਹਕ ਅੱਖਰ ਇਹ ਸੀ ਪਿਆਰੇ ਵਿਦਿਆਰਥੀਓ ਅੱਜ ਦਾ ਮੌਕ ਟੈਸਟ ਉਮੀਦ ਕਰਦਾ ਹਾਂ ਕਿ ਮੌਕ ਟੈਸਟ ਤੁਹਾਨੂੰ ਜ਼ਰੂਰ ਵਧੀਆ ਲੱਗਿਆ ਹੋ